ਹੈਗਾ ਤਾਂ ਕੀ ਮੋਟਿਵ ਸੀ ਤੇ ਇਹਦੇ ਵਿੱਚ ਕਿਸ ਤਰ੍ਹਾਂ ਦੇ ਕੀ ਮਕਸਦ ਹੈਗਾ ਜੀ ਆਪਦੇ ਦੇਖੋ ਤੁਹਾਨੂੰ ਪਤਾ ਹੀ ਹੈ ਜਦੋਂ ਦਾ ਕੋਵਿਡ ਦਾ ਸ਼ੁਰੂ ਹੋਇਆ ਤੇ ਇੰਨੇ ਜ਼ਿਆਦਾ 30,000 ਤੋਂ ਉੱਪਰ ਕੇਸ ਇਕੱਠੇ ਹੋਏ ਹੋਏ ਨੇ ਹਰ ਆਪਾਂ ਪੰਜ ਉਹਨਾਂ ਦੀ ਅੱਜ ਇਕੱਠੀ ਲਗਾਈ ਹੈ ਕੋਰਟ ਤੇ ਪੰਜ ਉਹਨਾਂ ਚੋਂ ਹੀ ਸਾਰਿਆਂ ਦੇ ਕੋਲ ਕਿਸੇ ਕੋਲ 1,000 ਕੇਸ ਪਏ ਹੋਏ ਨੇ ਪੈਂਡਿੰਗ ਕਿਸੇ ਕੋਲ 800 ਨੇ ਕਿਸੇ ਕੋਲ 500 ਨੇ ਛੋਟੇ ਏਰੀਆ 'ਚ 250 ਪੈਂਡਿੰਗ ਇੰਨੇ ਜ਼ਿਆਦਾ ਕੇਸ ਪਏ ਹੋਏ ਨੇ ਕਮਿਸ਼ਨ 'ਚ ਵੀ ਕੇਸ ਪੈਂਡਿੰਗ ਨੇ ਵੁਮਨ ਸੈੱਲ 'ਚ ਇਹਨਾਂ ਕੋਲ ਪ੍ਰੈਸ਼ਰ ਬੜਾ ਕਿਉਂਕਿ ਸਟਾਫ ਦੀ ਕਮੀ ਹੈ ਪ੍ਰੈਸ਼ਰ ਬਹੁਤ ਜ਼ਿਆਦਾ ਹੈ ਵੁਮਨ ਸੈੱਲਾਂ ਉੱਤੇ ਤੇ ਲੋਕਾਂ ਨੂੰ ਜਸਟਿਸ ਕਿਵੇਂ ਮਿਲੇ ਇਸ ਕਰਕੇ ਆਪਾਂ ਅੱਜ 5 ਉਹਨਾਂ ਦੀ ਇੱਥੇ ਕੱਲ ਵੀ ਸਾਰਾ ਦਿਨ ਕੋਰਟ ਹੈ ਅੱਜ ਵੀ ਕੋਰਟ ਲਗਾਈਏ ਕਿ ਵੱਧ ਤੋਂ ਵੱਧ ਲੋਕਾਂ ਦੇ ਕੇਸਾਂ ਦੀ ਸੁਣਵਾਈ ਕਰ ਸਕੀਏ ਔਰ ਉਹਨਾਂ ਨੂੰ ਜਸਟਿਸ ਇਸ ਕਰਕੇ ਸਾਰੇ ਇੱਥੇ ਜਿੰਨੇ ਵੀ ਸੀਨੀਅਰ ਆਫਿਸਰ ਨੇ ਇੱਥੇ ਬੁਲਾਏ ਹੋਏ ਨੇ 5 ਜੂਨਾਂ ਦੇ ਤੇ ਹੇਅਰਿੰਗ ਅੱਜ ਸਵੇਰ ਦੇ ਕਰ ਰਹੇ ਹਾਂ ਇਕੱਠੀਆਂ ਹੋਈਆਂ ਨੇ ਤੇ ਕੇਸ ਵੱਧ ਗਏ ਨੇ ਔਰਤ ਰੀਜ਼ਨ ਕੀ ਏ ਆਪਾਂ ਸਾਰੀ ਰਾਜਨੀਤਿਕ ਪਾਰਟੀਆਂ ਜਿਹੜੀ ਵੀ ਸਰਕਾਰਾਂ ਸੱਤਾ ਚ ਆਉਂਦੀਆਂ ਨੇ ਬੜੇ ਵੱਡੇ ਵੱਡੇ ਕਾਨੂੰਨ ਬਣਦੇ ਨੇ ਹਰ ਵਾਰੀ ਔਰਤ ਨੂੰ ਵੀ ਮੁੱਦਾ ਬਣਾਇਆ ਜਾਂਦਾ ਇਲੈਕਸ਼ਨ ਵਿੱਚ ਵੁਮਨ ਇੰਪਾਵਰਮੈਂਟ ਤੇ ਬੜੀ ਵੱਡੀ ਵੱਡੀ ਗੱਲਾਂ ਕੀਤੀਆਂ ਜਾਂਦੀਆਂ ਨੇ ਕਾਨੂੰਨਾਂ 'ਚ ਅਮੈਂਡਮੈਂਟ ਹੋ ਜਾਂਦੀ ਹੈ ਨਿਰਭਿਆ ਕਾਂਡ ਹੋਇਆ ਕਿਆ ਰੇਪ ਰੁਕ ਗਏ ਉਸ ਤੋਂ ਬਾਅਦ ਬੜੀ ਕਾਨੂੰਨਾਂ 'ਚ ਅਮੈਂਡਮੈਂਟ ਹੋਈਆਂ ਤੇ ਇਹਦੇ ਰੀਜ਼ਨ ਇਹ ਇੱਕ ਤੇ ਚਲੋ ਲੋਅ 'ਚ ਤੇ ਸਰਕਾਰਾਂ ਦਾ ਕੰਮ ਹੈ ਸਿਰਫ ਕਾਨੂੰਨ 'ਚ ਅਮੈਂਡਮੈਂਟ ਕਰਨਾ ਜੋ ਕਿ ਸਰਕਾਰਾਂ ਟਾਈਮ ਟੂ ਟਾਈਮ ਕਰਦੀਆਂ ਵੀ ਨੇ ਬਟ ਜਿਹੜੀ ਵੁਮਨ ਇੰਪਾਵਰਮੈਂਟ ਦੀ ਗੱਲ ਹੈ ਨਾ 50% ਤੋਂ ਅਬਵ ਔਰਤਾਂ ਨੂੰ ਆਪਣੇ ਕਨਸਟੀਟਿਊਸ਼ਨਲ ਰਾਈਟਸ ਹੀ ਨਹੀਂ ਪਤਾ ਕਿ ਸਾਡੇ ਆਪਣੇ ਰਾਈਟਸ ਕੀ ਨੇ ਜਦ ਤੱਕ ਖੁਦ ਔਰਤ ਅਵੇਅਰ ਨਹੀਂ ਹੋਏਗੀ ਕੁਛ ਹੁਣ ਇਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਲੜਕੀਆਂ ਨੂੰ ਪਤਾ ਨੇ ਰਾਈਟ ਕੁਛ ਮਿਸਯੂਜ਼ ਵੀ ਹੁੰਦਾ ਹੈ ਜਿੰਦੇ ਵਿੱਚ ਫੈਮਲੀਆਂ ਸਮਾਜ ਦਾ ਇੱਕ ਮਾਹੌਲ ਫੈਮਲੀਆਂ ਡਿਸਟਰਬ ਹੋ ਜਾਂਦੀਆਂ ਨੇ ਅੱਜ ਮੈਂ ਸੀਨੀਅਰ ਪੁਲਿਸ ਆਫਿਸਰਸ ਨਾਲ ਗੱਲ ਕਰ ਰਹੀ ਸੀ ਇਹਨਾਂ ਤੇ ਵੀ ਇੰਨਾ ਕੁ ਪ੍ਰੈਸ਼ਰ ਹੈ ਦੱਸ ਰਹੇ ਸੀ ਰਹਿੰਦਾ ਹੈ ਕਈ ਵਾਰੀ ਕੁਛ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਕੁਛ ਜਿਹੜੇ ਐਡਵਾਈਜ਼ਰ ਬਣ ਜਾਂਦੇ ਨੇ ਕੁਛ ਹੋਰ ਜਿਹੜੇ ਸੋਸ਼ਲ ਸਮਾਜ ਦੇ ਨੁਮਾਇੰਦੇ ਹੁੰਦੇ ਨੇ ਪ੍ਰੈਸ਼ਰ ਪਾਉਂਦੇ ਨੇ ਪਰ ਸਾਨੂੰ ਪ੍ਰਾਊਡ ਹੈ ਕਿ ਆਫਿਸਰ ਜਸਟਿਸ ਕਰਦੇ ਨੇ ਪ੍ਰੈਸ਼ਰ ਨੂੰ ਨਹੀਂ ਚੱਲਦੇ ਪਰ ਕੇਸ ਪੈਂਡਿੰਗ ਹੋਈ ਜਾਂਦੇ ਨੇ ਤੇ ਜਦ ਤੱਕ ਔਰਤ ਪੜ੍ਹੀ ਲਿਖੀ ਕੁੜੀ ਨੂੰ ਆਪਣੇ ਕਨਸਟੀਟਿਊਸ਼ਨਲ ਰਾਈਟਸ ਨਹੀਂ ਪਤਾ ਲੱਗਣਗੇ ਔਰਤ ਆਪਣੇ ਉੱਤੇ ਜ਼ੁਲਮ ਸਹਿੰਦੀ ਰਹੇਗੀ ਅਵੇਅਰਨੈਸ ਦੀ ਬਹੁਤ ਜ਼ਰੂਰਤ ਹੈ ਸਰਕਾਰ ਨੂੰ ਵੀ ਇਹਦੇ ਤੇ ਕੰਮ ਕਰਨ ਦੀ ਵਿਲੇਜ ਟੂ ਵਿਲੇਜ ਪਿੰਡ ਟੂ ਪਿੰਡ ਕੰਮ ਕਰਨ ਦੀ ਜ਼ਰੂਰਤ ਹੈ ਕਿ ਕਾਉਂਸਲਿੰਗ ਕੈਂਪ ਲਗਾਏ ਜਾਣ ਔਰਤਾਂ ਨੂੰ ਉਹਨਾਂ ਦੇ ਹੱਕ ਪ੍ਰਤੀ ਜਾਗਰੂਕ ਕੀਤਾ ਜਾਏ ਕਿ ਤੁਹਾਡੇ ਰਾਈਟਸ ਕੀ ਨੇ ਇਹਦੇ ਨਾਲ ਨਾਲ ਸਮਝਾਇਆ ਜਾਏ ਕਿ ਸ਼ਾਦੀ ਦਾ ਮਤਲਬ ਕੀ ਹੈ ਕਿ ਤੁਸੀਂ ਲਾਈਫ ਵਿੱਚ ਬੈਲੈਂਸ ਕਿਵੇਂ ਕਰਨਾ ਸ਼ੋਰਟ ਟੈਂਪਰ ਹੁੰਦੀਆਂ ਨੇ ਆਉਂਦਿਆਂ ਹੀ ਲੜਕੀਆਂ ਦਾ ਹੁੰਦਾ ਕਿ ਸਾਨੂੰ ਸਾਰਾ ਕੁਛ ਮਿਲ ਜਾਏ ਔਰ ਜਿਹੜੇ ਮੁੰਡੇ ਹੁੰਦੇ ਨੇ ਆਪਣੀ ਜ਼ਿੰਦਗੀ ਨੂੰ ਵਾਈਫ ਨੂੰ ਰਿਸਪੈਕਟ ਨਹੀਂ ਕਰਦੇ ਬੈਲੈਂਸ ਨਹੀਂ ਕਰ ਪਾਉਂਦੇ ਜਾਂ ਤੇ ਪਰਿਵਾਰ ਦੇ ਦਬਾਅ ਵਿੱਚ ਆ ਜਾਂਦੇ ਨੇ ਜਾਂ ਆਪਣੀ ਵਾਈਫ ਨੂੰ ਹੀ ਹਰਾਸ ਕਰਨਾ ਸ਼ੁਰੂ ਕਰ ਦਿੰਦੇ ਨੇ ਤੇ ਇੱਕ ਬੈਲੈਂਸ ਕਰਨਾ ਜ਼ਿੰਦਗੀ ਨੂੰ ਬਹੁਤ ਜ਼ਰੂਰੀ ਹੈ ਮੈਡਮ ਤੁਸੀਂ ਨਿਰਭੈ ਕਾਂਡ ਦੀ ਗੱਲ ਜੀ ਦੇਖੋ ਮੈਂ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੋਏਗਾ ਮੈਂ ਟਾਂਡਾ ਪਹੁੰਚੀ ਵੀ ਸੀ 6 ਸਾਲ ਦੀ ਜਿਹੜੀ ਬੱਚੀ ਦਾ ਰੇਪ ਹੋਇਆ ਜਿੰਨੀ ਇਹਦੀ ਨਿੰਦਾ ਕੀਤੀ ਜਾਏ ਕਿ ਰੇਪ ਕਰਕੇ ਉਹਨੂੰ ਜਲਾ ਦਿੱਤਾ ਗਿਆ ਇਹ ਬਹੁਤ ਹੀ ਨਿੰਦਨੀ ਹੈ ਪਰ ਮੈਂ ਇਹਦੇ 'ਚ ਇੱਕ ਗੱਲ ਕਹਾਂਗੀ ਕਿ ਦੇਖੋ ਨਿਰਭਿਆ ਕਾਂਡ ਹੋਇਆ ਉਸ ਤੋਂ ਬਾਅਦ ਕਿਆ ਹਰ 22 ਮਿੰਟ 'ਚ ਇੰਡੀਆ ਦੇ ਵਿੱਚ ਇੱਕ ਬੱਚੀ ਦਾ ਲੜਕੀ ਦਾ ਰੇਪ ਹੋ ਰਿਹਾ ਚਲੋ ਕਾਨੂੰਨ ਬਣ ਗਏ ਕਿ 12 ਸਾਲ ਦੀ ਬੱਚੀ ਥੱਲੇ ਤੋਂ ਬੱਚੀ ਦੇ ਉਸਤੇ ਫਾਂਸੀ ਦੀ ਸਜ਼ਾ ਹੋਏਗੀ ਪਰ ਉਸ ਤੋਂ ਬਾਅਦ ਹਾਲੇ ਤੱਕ ਇੱਕ ਵੀ ਕੇਸ 'ਚ ਫਾਂਸੀ ਨਹੀਂ ਹੋਈ ਮੇਰਾ ਇਹ ਮੰਨਣਾ ਹੈ ਹਾਥਰਸ ਦੀ ਘਟਨਾ ਹੋਈ ਆਪਾਂ ਯੂਪੀ ਦੇ ਨਾਲ ਆਪਾਂ ਆਪਣੇ ਪੰਜਾਬ ਨੂੰ ਨਹੀਂ ਕੰਪੇਅਰ ਕਰ ਸਕਦੇ ਸਾਡਾ ਪੰਜਾਬ ਗੁਰੂਆਂ ਦੀ ਧਰਤੀ ਹੈ ਬਹੁਤ ਮੇਹਰ ਹੈ ਪਰ ਬਹੁਤ ਮੇਹਰ ਦੇ ਨਾਲ ਨਾਲ ਇਹ ਬੜਾ ਦੁਰਭਾਗਯ ਹੈ ਕਿ ਇਹੋ ਜਿਹੇ ਕਾਂਡ ਪੰਜਾਬ ਵਿੱਚ ਕਦੀ ਨਹੀਂ ਹੋਏ ਸੀ ਪੰਜਾਬ ਵਿੱਚ ਟੈਰਰਿਜ਼ਮ ਆਇਆ ਪੰਜਾਬ ਵਿੱਚ ਡਰੱਗਸ ਆਇਆ ਪਰ ਇਹ ਜਿਹੜੀ ਛੋਟੀ ਛੋਟੀ ਬੱਚੀਆਂ ਦੇ ਘਰ ਧੀਆਂ ਸਭ ਦੇ ਘਰ ਨੇ ਅੱਜ ਤੁਹਾਡਾ ਵੀ ਮਨ ਇਹੋ ਜਿਹੀ ਦੁਰਘਟਨਾਵਾਂ ਨੂੰ ਦੇਖ ਕੇ ਵਿਅਥਿਤ ਹੋ ਜਾਂਦਾ ਹੋਏਗਾ ਕਿ ਹਾਏ ਸਾਡੀ ਬੱਚੀਆਂ ਦਾ ਫਿਊਚਰ ਕੀ ਹੈ ਹਰ ਪੇਰੈਂਟਸ ਅੱਜ ਸੋਚਦਾ ਹੈ ਕਿ ਛੋਟੀ ਛੋਟੀ ਬੱਚੀਆਂ ਦੇ ਰੇਪ ਹੋ ਰਹੇ ਨੇ ਤੇ ਇਹਦੇ ਵੀ ਰੂਟ ਕੋਜ਼ ਤੱਕ
ਇੱਕ ਤੇ ਮੇਰਾ ਇਹ ਮੰਨਣਾ ਹੈ ਆਪਣਾ ਇਹ ਮੇਰਾ ਪਰਸਨਲ ਵਿਊ ਹੈ ਕਿ ਸਾਡੀ ਜਿਹੜੀ ਪੋਪੂਲੇਸ਼ਨ ਹੈ ਇਹਦੇ ਤੇ ਜ਼ਰੂਰ ਕੰਮ ਸਰਕਾਰਾਂ ਨੂੰ ਨੈਸ਼ਨਲ ਵੱਲੋਂ ਕੋਈ ਸਟਰੋਂਗ ਕਾਨੂੰਨ ਪਾਸ ਹੋ ਜਾਣਾ ਚਾਹੀਦਾ ਹੈ ਕਿ ਇੱਕ ਜਿਸ ਤਰ੍ਹਾਂ ਚਾਈਨਾ 'ਚ ਵਨ ਚਾਈਲਡ ਹੈ ਸਾਡੇ ਇੰਡੀਆ 'ਚ ਟੂ ਚਾਈਲਡ ਰੂਲ ਆ ਜਾਣਾ ਚਾਹੀਦਾ ਹੈ ਦੂਸਰਾ ਇਹਦੇ ਨਾਲ ਨਾਲ ਐਜੂਕੇਸ਼ਨ ਪਾਲਿਸੀ 'ਚ ਚੇਂਜ ਆ ਜਾਣਾ ਚਾਹੀਦਾ ਹੈ ਪਬਲਿਕ ਸਕੂਲਾਂ 'ਚ ਆਪਾਂ ਬੱਚਿਆਂ ਨੂੰ ਸਿਖਾ ਦਿੰਦੇ ਹਾਂ ਗੁੱਡ ਟੱਚ ਤੇ ਬੈਡ ਟੱਚ ਕੀ ਹੈ ਜਦੋਂ ਸਿਖਾਉਂਦੇ ਹਾਂ ਮੈਂ ਸਿਸਟਮ ਦੇਖਿਆ ਕੁੜੀਆਂ ਔਰ ਮੁੰਡਿਆਂ ਨੂੰ ਵੱਖਰਾ ਵੱਖਰਾ ਕਰ ਦਿੱਤਾ ਜਾਂਦਾ ਕੁੜੀਆਂ ਨੂੰ ਤਾਂ ਤੁਸੀਂ ਸਿਖਾਤਾ ਬੈਡ ਟੱਚ ਤੇ ਗੁੱਡ ਟੱਚ ਕੀ ਹੈ ਮੁੰਡਿਆਂ ਨੂੰ ਕੀ ਸਿਖਾ ਰਹੇ ਹੋ ਮੁੰਡਿਆਂ ਨੂੰ ਸਿਰਫ ਕਿਉਰਿਓਸਿਟੀ ਦੇ ਰਹੇ ਹੋ ਕਿ ਕੁੜੀਆਂ ਨੂੰ ਕੀ ਸਿਖਾਇਆ ਜਾ ਰਿਹਾ ਬੱਚੇ ਬੋਇਜ਼ ਨੂੰ ਸਰਕਾਰੀ ਸਕੂਲਾਂ 'ਚ ਤੇ ਇਹ ਵੀ ਨਹੀਂ ਸਿਖਾਇਆ ਜਾ ਰਿਹਾ ਕਿ ਬੈਕ ਟੱਚ ਤੇ ਗੁੱਡ ਟੱਚ ਕੀ ਹੈ ਕਾਉਂਸਲਿੰਗ ਦੀ ਬਹੁਤ ਜ਼ਰੂਰਤ ਹੈ ਔਰ ਐਜੂਕੇਸ਼ਨ ਪਾਲਿਸੀ ਦੇਖੋ ਸਾਡੀ ਜਿਹੜੀ ਦੇਸ਼ ਦੀ ਐਜੂਕੇਸ਼ਨ ਪਾਲਿਸੀ ਹੈ 12ਵੀਂ ਤੋਂ ਬਾਅਦ ਬੱਚੇ ਕੈਰੀਅਰ ਚੁਣਦੇ ਨੇ ਲਾਅ ਦਾ ਜਿਹੜੇ ਬੱਚੇ ਕਿੰਨੇ ਪਰਸੈਂਟ ਬੱਚੇ ਚੁਣਦੇ ਨੇ ਉਹਨਾਂ ਨੂੰ ਪਤਾ ਚੱਲਦਾ ਦੇਸ਼ 'ਚ ਕਾਨੂੰਨ ਕੀ ਹੈ ਪਰ ਜਿਹੜਾ ਬੇਸਿਕ ਕਾਨੂੰਨ ਹੈ ਐਜੂਕੇਸ਼ਨ ਪਾਲਿਸੀ 'ਚ ਹੁਣ ਜੋ ਸਾਡੇ ਦੇਸ਼ ਦਾ ਮਾਹੌਲ ਹੈ ਹਿੰਦੁਸਤਾਨ ਰੇਪ ਕਰਕੇ ਔਰਤਾਂ ਦੀ ਸੁਰੱਖਿਆ ਨੂੰ ਕਰ ਲੈ ਕੇ ਬਦਨਾਮ ਹੋ ਰਿਹਾ ਮਾਨਨੀਏ ਪ੍ਰਧਾਨ ਮੰਤਰੀ ਜੀ ਨੂੰ ਅਪੀਲ ਹੈ ਕਿ ਦੇਸ਼ ਦੀ ਐਜੂਕੇਸ਼ਨ ਪਾਲਿਸੀ 'ਚ ਜਲਦ ਤੋਂ ਜਲਦ ਬਦਲਾਵ ਲੈ ਕੇ ਆਇਆ ਜਾਏ ਬਦਲਾਵ ਇਸ ਕਰਕੇ ਲੈ ਕੇ ਆਇਆ ਜਾਏ ਕਿ ਜਦੋਂ ਐਜੂਕੇਸ਼ਨ ਪਾਲਿਸੀ ਬਣਦੀ ਹੈ ਸਰਕਾਰੀ ਸਕੂਲਾਂ 'ਚ ਕੰਪਲਸਰੀ ਕਰ ਦਿੱਤਾ ਜਾਏ ਕਿ 5th ਕਲਾਸ ਤੋਂ ਬੇਸਿਕ ਲਾਅ ਦੀ ਐਜੂਕੇਸ਼ਨ ਇੱਕ ਲੜਕੀ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੈਨੂੰ ਕਿਸੇ ਨੇ ਰਾਹ ਚੱਲਦੇ ਟੱਚ ਕਰਤਾ ਅੱਖ ਮਾਰਤੀ ਅਸ਼ਲੀਲ ਕਮੈਂਟ ਕਰਤਾ ਤੇ ਇਹਦੀ ਸਜ਼ਾ ਕੀ ਵੇ ਇਹ ਤੂੰ ਕਿੱਥੇ ਸ਼ਿਕਾਇਤ ਕਰ ਸਕਦੀਆਂ ਜੇ ਇਹ ਸਰਕਾਰੀ ਸਕੂਲਾਂ ਤੋਂ ਜਿਨ੍ਹਾਂ ਪਰਿਵਾਰਾਂ ਦੇ ਬੱਚੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਨੇ ਉਹਨਾਂ ਨੂੰ ਪਤਾ ਲੱਗ ਜਾਏ ਕਿ ਇਟਸ ਏ ਕ੍ਰਾਈਮ ਇਹ ਇੱਕ ਜੁਰਮ ਹੈ ਤੇ ਮੈਨੂੰ ਲੱਗਦਾ ਹੈ ਕਿ ਬਹੁਤ ਹੱਦ ਤੱਕ ਇਹਨਾਂ ਸਮੱਸਿਆਵਾਂ ਤੇ ਪਕੜ ਪਾਈ ਜਾ ਸਕਦੀ ਹੈ ਜੋ ਕਿ ਅਨਮੋਲਨ ਨਹੀਂ ਹੁੰਦਾ 50% ਵੋਟ ਔਰਤ ਦਾ ਹਰ ਘਰ 'ਚ ਔਰਤ ਹੈ ਮਾਂ ਹੈ ਬਹਿਣ ਹੈ ਬੀਵੀ ਹੈ ਰਾਜਨੀਤਿਕ ਪਾਰਟੀਆਂ ਨੂੰ ਵੋਟ ਤੇ ਚਾਹੀਦਾ ਪਰ ਉਹਦੀ ਸੁਰੱਖਿਆ ਦੇ ਨਾਮ ਤੇ ਤੁਸੀਂ ਲਾਸਟ ਦੇ 6 ਮਹੀਨੇ ਔਰ ਸਾਲ ਮੁੱਦਾ ਬਣਾ ਲੈਂਦੇ ਹੋ ਔਰਤ ਨੂੰ ਕਿਆ ਔਰਤ ਮੁੱਦਿਆ ਬਣਨ ਵਾਸਤੇ ਵੇ ਜਾਂ ਤੁਹਾਡੇ ਬਿਸਤਰ ਤੇ ਜਾਣ ਵਾਸਤੇ ਵੇ ਔਰਤ ਐਸੀ ਕਰਕੇ ਹੀ ਰਹਿ ਗਈ ਹੈ ਪਰ ਹੁਣ ਯੂਥ ਐਤਕੀ ਪੰਜਾਬ ਸਟੇਟ ਵਿਮੈਨ ਕਮਿਸ਼ਨ ਚਾਹੇ ਮੈਨੂੰ ਇਲੈਕਸ਼ਨ ਦੇ ਟਾਈਮ ਤੇ ਆਪਣੀ ਕੁਰਸੀ ਤੋਂ ਰਿਜ਼ਾਈਨ ਕਰਨਾ ਪਏ ਕਿਉਂਕਿ ਕਮਿਸ਼ਨ ਕੰਪੇਨ ਨਹੀਂ ਕਰ ਸਕਦਾ ਪਰ ਮੈਂ ਐਤਕੀ ਆਪਣੀ ਪੰਜਾਬ ਦੀ ਬੇਟੀਆਂ ਦੀ ਸੁਰੱਖਿਆ ਲਈ ਜਿਹੜੀ ਰਾਜਨੀਤਿਕ ਪਾਰਟੀ ਔਰਤਾਂ ਦੀ ਸੁਰੱਖਿਆ ਦੀ ਗੱਲ ਕਰੇਗੀ ਔਰ ਪਰਸਨੈਲਿਟੀ ਵੋਟ ਐਤਕੀ ਕੰਮ ਕਰੇਗਾ ਤੇ ਮੈਂ ਉਹਦੇ ਲਈ ਕੰਪੇਨ ਕਰਾਂਗੀ ਬਿਲਕੁਲ ਹੁੰਦਾ ਹੈ ਜੀ ਮੈਂ ਤਾਂ ਸ਼ੁਰੂ ਤੋਂ ਕਹਿੰਦੀ ਹਾਂ ਕਿ ਮਿਸਯੂਜ਼ ਹੁੰਦਾ ਹੈ ਮੈਂ ਹਰ ਵਾਰੀ ਕਿਹਾ ਪਰ ਮੈਂ ਆਪਣੀ ਕਮਿਸ਼ਨ 'ਚ ਇਹ ਪੰਜਾਬ ਸਟੇਟ ਵੁਮੈਨ ਕਮਿਸ਼ਨ ਹੈ ਔਰਤਾਂ ਦੇ ਰਾਈਟ ਦੀ ਗੱਲ ਕਰਦਾ ਪਰ ਮੈਂ ਇਨਵੈਸਟੀਗੇਸ਼ਨ ਕਰਾਨੀ ਆ ਮੈਂ ਅੱਜ ਆਪਣੇ ਆਫੀਸਰਸ ਨਾਲ ਵੀ ਇਹੋ ਗੱਲ ਕਰ ਰਹੀ ਸਾਂ ਕਿ ਮੈਂ ਕਦੀ ਵੀ ਲੜਕੀ ਦੀ ਕੰਪਲੇਂਟ ਤੇ ਵਿਦਆਊਟ ਇਨਵੈਸਟੀਗੇਸ਼ਨ ਕਿਉਂਕਿ ਦੇਖੋ ਜਿਹੜਾ ਆਦਮੀ ਹੈ ਉਹਦੇ ਪਿੱਛੇ ਵੀ ਤੇ ਇੱਕ ਮਾਂ ਔਰ ਬਹਿਣ ਹੈ ਪਰਿਵਾਰ ਹੈ ਜ਼ਰੂਰੀ ਥੋੜਾ ਹਰ ਮਾਮਲੇ 'ਚ ਲੜਕੀ ਠੀਕ ਹੀ ਹੈ 182 ਦੇ ਤਹਿਤ ਇਨਕੁਆਇਰੀ ਕਰਾ ਕੇ ਸੀਨੀਅਰ ਪੁਲਿਸ ਆਫੀਸਰ ਬੈਠੇ ਨੇ ਇਹਨਾਂ ਨੂੰ ਭੇਜੀਦਾ ਕਿ ਇਨਕੁਆਇਰੀ ਕਰਕੇ ਸਾਨੂੰ ਭੇਜੋ ਜਦੋਂ ਕੋਈ ਲੜਕੀ ਗਲਤ ਬਈ ਬੜੀ ਕੁੜੀਆਂ ਫਸਦੀਆਂ ਵੀ ਨੇ ਮੇਰੇ ਕੁਐਸਚਨਸ ਤੇ ਜਵਾਬ ਦਿੰਦੇ ਹੋਏ ਕਿਉਂਕਿ ਸਾਨੂੰ ਸਬੂਤ ਚਾਹੀਦਾ ਵਰਬਲੀ ਐਲੀਗੇਸ਼ਨ ਤੇ ਮੈਂ ਅੱਜ ਤੱਕ ਵੀ ਕਾਰਵਾਈ ਨਹੀਂ ਕੀਤੀ ਮੈਨੂੰ ਸਬੂਤ ਸਫਰ ਜੀ ਮੈਂ ਤੁਹਾਡੀ ਇਸ ਗੱਲ ਨੂੰ ਐਪਰੀਸ਼ੀਏਟ ਕਰਨੀ ਆ ਔਰ ਮੈਂ ਇਹ ਕਲੈਪਿੰਗ ਕਰਨੀ ਆ ਕਿ ਤੁਸੀਂ ਇੱਕ ਬੜਾ ਜਨਮਨ ਮੁੱਦਾ ਚੁੱਕਿਆ ਕਿਉਂਕਿ ਮੈਂ ਆਉਂਦੇ ਹੀ ਮੇਰਾ ਇਹ ਪੁਲਿਸ ਆਫੀਸਰਸ ਨਾਲ ਸਵਾਲ ਸੀ ਕਿ ਤੁਸੀਂ ਜਿਹੜੇ ਸਲਾਹਕਾਰ ਅੰਦਰ ਬਿਠਾਉਂਦੇ ਹੋ ਕਿ ਆ ਇਨਫਲੂਐਂਸ ਨਹੀਂ ਹੁੰਦੇ ਇਹਦੇ ਚੋਂ ਮੈਂ ਨਾਮ ਨਹੀਂ ਲਾਂਗੀ ਇੱਕ ਆਫੀਸਰ ਨੇ ਕਿਹਾ ਕਈ ਵਾਰੀ ਪਾਰਟੀ ਨੂੰ ਸਿੱਧਾ ਡਾਇਰੈਕਟ ਘਰ ਵੀ ਬੁਲਾ ਲੈਂਦੇ ਨੇ ਤੇ ਤੁਹਾਡੀ ਗੱਲ 'ਚ ਦਮ ਹੈ ਉਹਦੀ ਇੱਕ ਇਸ਼ੂ ਹੈ ਕਿ ਇਹ ਜਿਹੜੇ ਵੁਮੈਨ ਸੈੱਲ ਬਣੇ ਹੋਏ ਨੇ ਇੱਥੇ ਇੱਕ ਤਾਂ ਸਟਾਫ ਦੀ ਵੀ ਕਮੀ ਹੈ ਦੂਸਰਾ ਇਹਨਾਂ ਨੇ 6-6 ਮਹੀਨੇ ਕਿ ਇੱਕ ਸਾਲ ਵਾਸਤੇ ਮੈਂਬਰ ਅਪੁਆਇੰਟ ਹੋ ਜਾਂਦੇ ਨੇ ਆਪਾਂ ਹੁਣ ਸਰਕਾਰ ਨੂੰ ਵੀ ਲਿਖਾਂਗੇ ਡੀਜੀਪੀ ਨੂੰ ਵੀ ਲਿਖਾਂਗੇ ਕਿ 2 ਮਹੀਨੇ ਤੋਂ ਬਾਅਦ ਮੈਂਬਰ ਨਹੀਂ ਬਣਨਗੇ ਹੋਰ ਜੇ ਸੀਨੀਅਰ ਪੁਲਿਸ ਆਫੀਸਰ ਨੂੰ ਕੁਝ ਲੱਗ ਰਿਹਾ ਮਹਿਸੂਸ ਹੋ ਰਿਹਾ ਕਿ ਉਹ ਸਹੀ ਇਨਫਲੂਐਂਸ ਕਰ ਰਹੇ ਨੇ ਸਹੀ ਜਸਟਿਸ ਨਹੀਂ ਦੇ ਪਾ ਰਹੇ ਕਿਆ ਉਹਨਾਂ ਦੀ ਪਰਸਨੈਲਿਟੀ ਡਿਜ਼ਰਵ ਕਰਦੀ ਹੈ ਕਿ ਸੀਨੀਅਰ ਆਫੀਸਰਸ ਦੇ ਨਾਲ ਬਹਿ ਕੇ ਕੰਪਲੇਨੈਂਟ ਨੂੰ ਜਸਟਿਸ ਦੇਣ ਵਿੱਚ ਤਾਂ ਹੀ ਉਹ ਸਾਨੂੰ ਉਹਦਾ ਡਾਟਾ ਭੇਜਣਗੇ ਹੁਣ ਆਪਾਂ ਸਾਰੇ ਜਿੰਨੇ ਵੀ ਪੰਜਾਬ ਵਿੱਚ ਵੁਮੈਨ ਸੈੱਲ ਨੇ ਉਹਨਾਂ ਦਾ ਡਾਟਾ ਮੰਗਵਾ ਕੇ ਜਿੰਨੇ ਵੀ ਪੈਨਲ ਬਣੇ ਹੋਏ ਨੇ ਆਪਾਂ ਉਹਨਾਂ ਦੀ ਇਨਸਪੈਕਸ਼ਨ ਕਰਾਂਗੇ ਉਹਨਾਂ ਦੇ ਨਾਲ ਕੋਸ਼ਿਸ਼ ਵੀ ਕਰਾਂਗੇ ਕਿ ਵਰਬਲੀ ਆਪਾਂ ਚੈੱਕ ਕਰੀਏ ਕਿ ਉਹਨਾਂ ਦਾ ਇੱਕ ਸਟੇਟਸ ਕੀ ਹੈ ਕਿਆ ਉਹ ਡਿਜ਼ਰਵ ਕਰਦੇ ਨੇ ਤੇ ਥੈਂਕ ਯੂ ਮੇਰਾ ਨਾਮ ਰਣਜੀਤ ਕਿੱਥੇ ਰਹਿੰਦੇ ਹੋ
ਅਸੀਂ ਪਿੰਡ ਸੁੰਡਲ ਵਿੱਚ ਰਹਿੰਦੇ ਹਾਂ ਗੁਰਦਾਸਪੁਰ ਜ਼ਿਲ੍ਹਾ। ਹਾਂਜੀ ਕੀ ਕੇਸ ਹੈਗਾ ਜੀ ਤੁਹਾਡਾ? ਕੇਸ ਮੇਰਾ ਮੇਰੇ ਪਤੀ ਨਾਲ ਆ, ਬਾਹਰ ਰਹਿੰਦਾ ਆ ਫੋਰਨ ਕੰਟਰੀ 'ਚ ਅਤੇ ਪੱਕਾ ਹੋਇਆ ਉੱਥੇ, ਉੱਥੋਂ ਵੀ ਸਾਨੂੰ ਕੋਈ ਪੈਸਾ ਨਹੀਂ ਪਾਉਂਦਾ, ਇੱਥੇ ਜਿਹੜੀ ਪੈਲੀ ਸੀ ਉਹ ਵੀ ਆ ਕੇ ਵੇਚ। ਕਿੰਨਾ ਸਮਾਂ ਹੋ ਗਿਆ ਜੀ? ਹਾਂਜੀ ਕਿੰਨਾ ਸਮਾਂ ਹੋ ਗਿਆ? ਵਿਆਹ ਨੂੰ ਵਿਆਹ ਨੂੰ 20 ਸਾਲ ਹੋ ਗਏ ਅਤੇ ਬੱਚੇ ਆ ਮੇਰੇ ਦੋ। ਖਰਚਾ ਨਹੀਂ ਸਾਨੂੰ ਦਿੰਦਾ ਬਾਹਰੋਂ ਕੋਈ ਵੀ, ਬੱਚਿਆਂ ਨੂੰ ਨਹੀਂ ਦਿੰਦਾ ਖਰਚਾ ਕੋਈ ਵੀ। ਮੈਂ ਸਿਲਾਈ ਕਰਕੇ ਬੱਚੇ ਜਿਹੜੇ ਆ ਉਹ ਪਾਲਦੀ ਪਈ ਨਹੀਂ, ਅਤੇ ਫਿਰ ਹੁਣ ਘਰੋਂ ਕੱਢਣ ਦੀਆਂ ਧਮਕੀਆਂ ਦਿੰਦਾ ਕਿ ਤੁਹਾਨੂੰ ਘਰੋਂ ਵੀ ਕੱਢ ਦੇਣਾ ਵਾ। ਅਸੀਂ ਰਹਿ ਰਹੇ ਹਾਂ ਆਪਣੇ ਪਤੀ ਦੇ ਘਰ 'ਚ ਹੀ, ਹਜੇ ਰਹਿ ਰਹੇ ਹਾਂ, ਕੋਈ ਸਾਡਾ ਡਿਵੋਰਸ ਨਹੀਂ ਹੋਇਆ, ਕੋਈ ਕੁਝ ਨਹੀਂ ਆ, ਫਿਰ ਵੀ ਸਾਨੂੰ ਘਰੋਂ ਕੱਢਣ ਦੀਆਂ ਧਮਕੀਆਂ ਕਿ ਮੈਂ ਤੁਹਾਨੂੰ ਕੱਢ ਦੇਣਾ, ਮੈਂ ਰੱਖਣਾ ਨਹੀਂ ਆ ਤੁਹਾਨੂੰ। ਅਤੇ ਇਹੋ ਹੀ ਕੇਸ ਚੱਲਦਾ ਪਿਆ ਹੁਣ, ਹਾਰ ਕੇ ਹੋਰ ਵੀ ਬੜੇ ਥਾਂ ਰਿਪੋਰਟਾਂ ਕੀਤੀਆਂ, ਕੇਸ ਵੀ ਲਾਏ ਹੋਏ ਨੇ, ਪਰ ਸਾਡੀ ਕਿਤੇ ਸੁਣਵਾਈ ਨਹੀਂ ਅਜੇ ਹੋ ਰਹੀ। ਅੱਜ ਤੁਸੀਂ ਆਏ ਹੋ ਇਨਸਾਫ ਵਾਸਤੇ, ਕੀ ਉਮੀਦ ਰੱਖਦੇ ਹੋ? ਉਮੀਦ ਇਹ ਰੱਖਦੇ ਆ ਕਿ ਸ਼ਾਇਦ ਇੱਥੇ ਸਾਨੂੰ ਕੁਝ ਇਨਸਾਫ ਮਿਲ ਜੇ, ਕੁਛ ਨਾ ਕੁਛ ਮਿਲ ਜੇ, ਮੇਰੇ ਬੱਚਿਆਂ ਦਾ ਹੱਕ ਜਿਹੜਾ ਉਹ ਬੱਚਿਆਂ ਨੂੰ ਮਿਲ ਜੇ। ਮੈਂ ਤਾਂ ਬੱਚਿਆਂ ਦੇ ਹੱਕ ਲਈ ਲੜ ਰਹੀ ਹਾਂ ਵੀ ਬੱਚਿਆਂ ਦਾ ਹੱਕ ਬੱਚਿਆਂ ਤੋਂ ਨਹੀਂ ਜਾਣਾ ਚਾਹੀਦਾ, ਬੱਚਿਆਂ ਨੂੰ ਮਿਲਣਾ ਚਾਹੀਦਾ। ਹਾਂਜੀ ਕੀ ਨਾਮ ਹੈ ਤੁਹਾਡਾ ਜੀ? ਪੁਨੀਤ ਕੌਰ। ਪੁਨੀਤ ਕੌਰ ਤੁਸੀਂ ਆਏ ਹੋ, ਕੀ ਕੇਸ ਹੈਗਾ ਤੁਹਾਡਾ ਜੀ? ਮੇਰਾ ਕੇਸ ਹੈ ਜੀ ਡੋਮੈਸਟਿਕ ਵਾਇਲੈਂਸ ਦਾ ਜੀ। ਫਿਜ਼ੀਕਲੀ ਮੈਂਟਲ ਹਰਾਸ਼ਮੈਂਟ ਮੈਨੂੰ ਕੀਤੀ ਮੇਰੇ ਇਨ-ਲਾਅਸ ਨੇ, ਮੇਰੇ ਹਸਬੈਂਡ ਨੇ। ਡਾਊਰੀ ਕੇਸ ਹੈ। ਕਾਫੀ ਦੇਰ ਤੋਂ ਮੈਂ ਪੁਲਿਸ ਦੇ ਧੱਕੇ ਖਾ ਰਹੀ ਹਾਂ, ਮੈਨੂੰ 8 ਮਹੀਨੇ ਹੋ ਗਏ, ਅਤੇ ਮੈਨੂੰ ਕੋਈ ਇਨਸਾਫ ਨਹੀਂ ਮਿਲਿਆ। ਹਜੇ ਤੱਕ ਲੜਕਾ ਪੇਸ਼ ਨਹੀਂ ਹੋਇਆ, ਪੇਰੈਂਟਸ ਉਹਦੇ ਕਹਿ ਦਿੰਦੇ ਉਹ ਜਾ ਚੁੱਕਿਆ ਹੈ। ਜੇ ਜਾ ਚੁੱਕਿਆ ਹੈ ਤਾਂ ਜੀ ਅਥੋਰਿਟੀਜ਼ ਉਹਦੇ ਕੋਲ ਪਾਸਪੋਰਟ ਲੈ ਮੰਗਾਉਣ, ਵੀਜ਼ਾ ਮੰਗਾਉਣ। ਉਹਦੇ ਪੇਰੈਂਟਸ ਆ ਉਹ ਪੇਸ਼ ਹੋ ਜਾਣ, ਫਾਦਰ ਆਉਂਦੇ ਆ ਕਹਿ ਜਾਂਦੇ ਆ, ਦਬਾਅ ਪਾਉਂਦੇ ਆ, ਮਿਊਚੁਅਲ ਡਿਵੋਰਸ ਚਾਹੀਦਾ। ਮੇਰੀ ਲਾਈਫ ਖਰਾਬ ਕਰਤੀ, ਮੇਰੇ ਨਾਲ ਨਾਲ ਮੇਰੇ ਪੇਰੈਂਟਸ ਦੀ ਕਰ ਦਿੱਤੀ। ਤੁਸੀਂ ਅੱਜ ਆਏ ਹੋ ਕਿ? ਮੈਂ ਅੱਜ ਆਈ ਹਾਂ, ਮੈਮ ਕੋਲ ਆਈ ਹਾਂ, ਮੈਨੂੰ ਉਮੀਦ ਹੈ ਜਸਟਿਸ ਜ਼ਰੂਰ ਮਿਲੇਗਾ, ਮੈਮ ਦਾ ਨਾਮ ਸੁਣਿਆ ਜ਼ਰੂਰ ਮਿਲੇਗਾ।